ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੇ ਤਹਿਤ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਨਵਚੇਤਨਾ ਬਾਲ ਭਲਾਈ ਕਮੇਟੀ ਦੇ ਵੱਲੋਂ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਹਰ ਸਮੇਂ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਸਾਡੀ ਸੰਸਥਾ ਦਾ ਇੱਕੋ ਇੱਕ ਮਕਸਦ ਹੈ ਕਿ ਕੋਈ ਬੱਚਾ ਸਕੂਲ ਤੋਂ ਵਾਂਝਾ ਨਾ ਰਹੇ ਅਤੇ ਸਾਡੀ ਸਮੁੱਚੀ ਟੀਮ ਦੀ ਹਮੇਸ਼ਾ ਇਹ ਵੀ ਕੋਸ਼ਿਸ਼ ਰਹਿੰਦੀ ਹੈ ਕਿ ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਨਹੀਂ ਹਨ, ਬੱਚੇ ਪੜ੍ਹਨਾ ਚਾਹੁੰਦੇ ਨੇ, ਅਸੀਂ ਉਹਨਾਂ ਬੱਚਿਆਂ ਨੂੰ ਅਡੋਪਟ ਕਰਦੇ ਹਾਂ। ਹੁਣ ਤੱਕ ਅਸੀਂ 14 ਬੱਚਿਆਂ ਨੂੰ ਅਡੋਪਟ ਕਰ ਚੁੱਕੇ ਹਾਂ। ਨਵਚੇਤਨਾ ਵੱਲੋਂ ਲੰਬੇ ਟਾਈਮ ਤੋਂ ਅਸੀਂ ਇੱਕ ਬੇਟੀ ਬਚਾਓ ਬੇਟੀ ਪੜ੍ਹਾਓ ਕੰਪੇਨ ਸਟਾਰਟ ਕੀਤੀ ਹੈ, ਜਿਹਦੇ ਅੰਡਰ ਅਸੀਂ ਬੱਚਿਆਂ ਨੂੰ ਜਿਹੜਾ ਮੰਥਲੀ ਸਕੋਲਰਸ਼ਿਪ ਦੇ ਰਹੇ ਹਾਂ, ਯੂਨੀਫਾਰਮ ਪ੍ਰੋਵਾਈਡ ਕਰ ਰਹੇ ਹਾਂ ਅਤੇ ਨਾਲ ਹੈਲਥ ਦੀ ਜਿਹੜੀ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਹਾਂ। ਅਤੇ ਇਹਦੇ ਵਿੱਚ ਹੁਣ ਤੱਕ ਸਾਡੇ ਕੋਲ 12 ਬੱਚੇ ਅਸੀਂ ਅਡੋਪਟ ਕੀਤੇ ਨੇ ਅਤੇ ਹੁਣ ਅੱਜ ਜਿਹੜੀ ਅਸੀਂ 2 ਬੱਚੇ ਹੋਰ, ਇੱਕ 6th ਕਲਾਸ ਦੀ ਬੱਚੀ ਹੈ ਅਤੇ 12th ਕਲਾਸ ਦੀ ਬੱਚੀ ਹੈ, ਇਹਨਾਂ ਨੂੰ ਜਿਹੜਾ ਇਸ ਬੇਟੀ ਬਚਾਓ ਬੇਟੀ ਪੜ੍ਹਾਓ ਕੰਪੇਨ ਦੇ ਅੰਡਰ ਅਸੀਂ ਨਵਚੇਤਨ ਫੈਮਿਲੀ ਦਾ ਮੈਂਬਰ ਬਣਾਇਆ ਅਤੇ ਇਹਨਾਂ ਨੂੰ 6-6 ਮਹੀਨੇ ਦਾ ਸਕੋਲਰਸ਼ਿਪ, ਯੂਨੀਫਾਰਮ, ਬੁੱਕਸ ਵਗੈਰਾ ਦੇ ਕੇ ਅਸੀਂ ਅੱਜ ਸਨਮਾਨਿਤ ਕੀਤਾ। ਅਤੇ ਨਵਚੇਤਨਾ ਦਾ ਹਮੇਸ਼ਾ ਮਕਸਦ ਇਹੀ ਹੋਇਆ ਵੀ ਜਿਹੜੇ ਸਿੰਗਲ ਮਦਰਸ ਨੇ ਜਾਂ ਅੱਛੇ ਬੱਚੇ ਜਿਹੜੇ ਪੜ੍ਹਨ ਦੇ ਵਿੱਚ ਅੱਛੇ ਨੇ, ਉਹਨਾਂ ਨੂੰ ਅਸੀਂ ਕਿਸੇ ਵੀ ਕਿਸਮ ਨਾਲ ਡਰੋਪ ਆਊਟ ਹੋਣ ਤੋਂ ਬਚਾਈਏ ਅਤੇ ਸਕੂਲਾਂ ਨਾਲ ਜੋੜ ਕੇ ਰੱਖੀਏ ਅਤੇ ਜਿਹੜੀ ਇਹ ਫੈਸਿਲਿਟੀ ਹੈ ਬੱਚਿਆਂ ਨੂੰ ਜਦੋਂ ਤੱਕ ਇਹ ਪੜ੍ਹਨਾ ਚਾਹੁੰਗੇ ਲਾਈਫ ਦੇ ਵਿੱਚ ਉਦੋਂ ਤੱਕ ਨਵਚੇਤਨਾ ਇਹਨਾਂ ਨੂੰ ਪ੍ਰੋਵਾਈਡ ਕਰਦੀ ਰਹੂਗੀ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੀ ਗਿਣਤੀ ਅਸੀਂ 100 ਤੱਕ ਲਿਜਾਣ ਦੀ ਸਾਡੀ ਕੋਸ਼ਿਸ਼ ਹੈ ਅਤੇ ਜਿਸ ਤਰ੍ਹਾਂ ਸਾਡੇ ਨਾਲ ਮੈਂਬਰ ਜੁੜ ਰਹੇ ਨੇ, ਆਸ ਕਰਦਾ ਵੀ ਬਹੁਤ ਜਲਦੀ ਅਸੀਂ ਇਹ ਟਾਰਗੇਟ ਪੂਰਾ ਕਰ ਲਵਾਂਗੇ। ਇਸ ਨਵਚੇਤਨਾ ਵੂਮੈਨ ਵਿੰਗ ਪਲੱਸ ਚਾਈਲਡ ਲੇਬਰ ਔਰ ਇਹਦੇ ਦਾ ਮੈਂਬਰ ਹਾਂ, ਤੋ ਮੈਂ ਅੱਜ ਜਿਹੜਾ ਅਸੀਂ ਕੀਤਾ 2 ਬੱਚੇ ਹੋਰ ਅਡੋਪਟ ਕੀਤੇ ਆ ਸਾਡੀ ਨਵਚੇਤਨਾ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਪ੍ਰੋਜੈਕਟ ਦੇ ਅਧੀਨ। ਉਹਨਾਂ ਬੱਚਿਆਂ ਨੂੰ ਅਸੀਂ 6 ਮਹੀਨੇ ਦਾ ਸਕੋਲਰਸ਼ਿਪ ਟਾਈਪ ਇੱਕ ਹੈਲਪ ਦਿੰਦੇ ਹਾਂ, ਉਹ ਅਸੀਂ ਅੱਜ ਦਿੱਤੀ ਪ੍ਰੋਵਾਈਡ ਕੀਤੀ ਹੈ। ਇਹ ਬੱਚਿਆਂ ਨੂੰ ਅਸੀਂ ਜਦੋਂ ਤੱਕ ਇਹ ਪੜ੍ਹਨਗੇ ਅਸੀਂ ਇਹਨਾਂ ਨੂੰ ਇਮਦਾਦ ਕਰਾਂਗੇ, ਇਸ ਤਰ੍ਹਾਂ ਉਹਨਾਂ ਦੀ ਹੈਲਥ ਦੀ, ਉਹਨਾਂ ਦੀ ਐਜੂਕੇਸ਼ਨ ਦੀ, ਜਦ ਤੱਕ ਵੀ ਪੜ੍ਹਨਾ ਚਾਹੁੰਦੇ ਆ। ਇਹ ਸਾਡੇ ਪਾਸ ਹੁਣ 14 ਬੱਚੇ ਹੋ ਗਏ, ਲਾਸਟ ਈਅਰ ਸਾਡੇ ਕੋਲ 12 ਸੀ, 14 ਬੱਚੇ ਹੋ ਗਏ, ਇੱਕ ਬੱਚਾ 7th 'ਚ ਹੋਇਆ, ਇੱਕ ਬੱਚਾ +2 'ਚ ਹੋਇਆ, ਇਹ ਅਸੀਂ ਅੱਜ ਅਡੋਪਟ ਕੀਤੇ ਹੈ ਔਰ ਅਸੀਂ ਇਸ ਤਰ੍ਹਾਂ ਹੀ ਆਪਣੀ ਮੂਵਮੈਂਟ ਜਿਹੜੀ ਚੱਲਦੀ ਰਹੇਗੀ ਸਾਡੀ, ਤਾਂ ਕਿ ਜਿਹੜੇ ਬੱਚੇ ਨੇ, ਲੋੜਵੰਦ ਬੱਚੇ ਨੇ ਜਿਹੜੇ ਸਾਡੇ ਅਪਰੋਚ ਕਰਦੇ ਨੇ ਸਾਨੂੰ ਜਾਂ ਰਿਕਮੈਂਡ ਕਰਦੇ ਸਾਡੇ ਟੀਚਰ ਸਾਹਿਬਾਨ ਡਿਫਰੈਂਟ ਸਕੂਲਾਂ 'ਚੋਂ, ਅਸੀਂ ਉਹਨਾਂ ਨੂੰ ਇਸ ਤਰ੍ਹਾਂ ਹੀ ਹੈਲਪ ਕਰਦੇ ਹਾਂ। ਪਰਮਾਤਮਾ ਸਾਡੇ ਕੋਲੋਂ ਇਹੀ ਪ੍ਰਵਾਨਦਾ ਰਹੇ, ਇਹੀ ਨਵਚੇਤਨਾ ਦੀ ਸਪਿਰਿਟ ਹੈ। ਸਾਡੇ ਨਵਚੇਤਨਾ ਵੱਲੋਂ ਬਹੁਤ ਅੱਛਾ ਇੱਕ ਉਪਰਾਲਾ ਹੈ ਜਿਹੜਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਤਹਿਤ ਅਸੀਂ 2 ਬੱਚੇ ਅੱਜ ਅਡੋਪਟ ਕੀਤੇ ਆ, ਇੱਕ 6th ਕਲਾਸ, ਇੱਕ 12th ਕਲਾਸ ਦਾ। ਅਤੇ ਦੇਖੋ ਬੱਚਿਆਂ ਨੂੰ ਅੱਗੇ ਲਿਆਉਣਾ, ਖਾਸ ਕਰਕੇ ਜਿਹੜੀਆਂ ਲੜਕੀਆਂ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਔਰ ਉਹਨਾਂ ਨੂੰ ਗਾਈਡ ਕਰਨਾ ਕਿ ਉਹ ਸਮਾਜ ਦੇ ਵਿੱਚ ਅਗਰ ਲੜਕੀ ਨੂੰ ਅਸੀਂ ਪੜ੍ਹਾਵਾਂਗੇ ਤਾਂ ਸਮਾਜ ਸਾਡਾ ਬਹੁਤ ਅੱਗੇ ਵਧੇਗਾ ਔਰ ਇੱਕ ਲੇਡੀਜ਼ ਨੂੰ ਜਿਹੜਾ ਸਨਮਾਨ ਮਿਲਦਾ ਆ ਹੁਣ ਤੋਂ ਉਹਨਾਂ ਨੂੰ ਕੌਨਫੀਡੈਂਸ ਆਉਣਾ ਸ਼ੁਰੂ ਹੋ ਜਾਏਗਾ ਕਿ ਉਹ ਛੋਟੇ ਇੱਕ ਸਾਡੀ ਸੁਸਾਇਟੀ ਦੇ ਨਾਲ ਜੁੜੇ ਆ, ਸੁਸਾਇਟੀ ਨਾਲ ਜੁੜ ਕੇ ਉਹਨਾਂ ਦੇ ਵਿੱਚ ਹੋਰ ਅਲੱਗ ਤਰ੍ਹਾਂ ਦਾ ਕੌਨਫੀਡੈਂਸ ਹੋਏਗਾ। ਠੀਕ ਹੈ ਇੱਥੇ ਕੰਪੀਟੀਸ਼ਨ ਹੋਏਗਾ ਪਰ ਛੋਟੇ ਕੰਪੀਟੀਸ਼ਨ ਤੋਂ ਅੱਗੇ ਵੱਡੇ ਕੰਪੀਟੀਸ਼ਨ ਕਰਨਗੇ। ਬਾਕੀ ਸਾਡੀ ਸੁਸਾਇਟੀ ਦਾ ਇਹ ਟਾਰਗੇਟ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਇਸ ਸਾਲ ਦੇ ਵਿੱਚ 20 ਬੱਚੇ ਤੱਕ ਅਡੋਪਟ ਹੋ ਜਾਣਗੇ, 12 ਬੱਚੇ ਅਡੋਪਟ ਹੋ ਚੁੱਕੇ ਆ, ਪਰ ਸਾਡੀ ਸੁਸਾਇਟੀ ਦਾ ਇਹ ਕਿ ਮੈਕਸੀਮਮ ਉਹ 100 ਬੱਚੇ ਤੱਕ ਅਡੋਪਟ ਕਰਨਾ ਚਾਹੁੰਦੀ ਹੈ। ਹਰ ਸਾਲ ਇਹ ਨਵਾਂ ਕੁਛ ਨਾ ਕੁਛ ਉਪਰਾਲਾ ਕਰਦੇ ਰਹਿੰਦੇ ਆ ਜਿਹਦੇ ਅਡੋਪਟ ਕਰਨ ਦੇ ਥਰੂ ਬੱਚਿਆਂ ਨੂੰ ਉਹਨਾਂ ਦੇ ਪੂਰੇ ਸਾਲ ਦੀ ਫੀਸ, ਯੂਨੀਫਾਰਮ, ਕੱਪੜੇ ਔਰ ਸਭ ਕੁਛ ਉਹਨਾਂ ਨੂੰ ਦਿੱਤਾ ਗਿਆ। ਬਾਕੀ ਉਹਨਾਂ ਦਾ ਹੈਲਥ ਦਾ ਖਰਚਾ, ਸਟੱਡੀ ਦਾ ਖਰਚਾ ਹੈ ਸਾਡੀ ਸਾਰੀ ਸੁਸਾਇਟੀ ਉਹਨਾਂ ਨੂੰ ਉਠਾਏਗੀ। ਇਸ ਤੋਂ ਇਲਾਵਾ ਫਿਰ ਵੀ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਹੋਏਗੀ ਤਾਂ ਸੁਸਾਇਟੀ ਉਹਨਾਂ ਦੇ ਨਾਲ ਹੈ ਔਰ ਵੱਧ ਚੜ੍ਹ ਕੇ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ। ਲੁਧਿਆਣਾ ਲਾਈਵ ਲਈ ਟਿੰਕਾ ਜੱਟ ਦੀ ਰਿਪੋਰਟ।